हम चाकर गोविंद के ठाकुर मेरा भारा करण करावण सगल विद सो सतगुरु हमारा हलत पलत के रखियक लोक परलोक के सहायक एथे उथे रखवाला प्रभ सतगुरु दीन दयाला दीन दयाल दीना बंधु दीना नाथ मेहरवान शस्त्रधारी परोपकारी 14 जंगा युद्धां दे जेतू तख्त श्री हरिमंदर जी पटना साहब जी के वासी बेमुथाद बेपरवाह अंतरजामी सच्चे पातशाह सतगुरु सच्चा पातशाह 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 डोला अंतरजामी बाला भोला घट घट के अंतर की जानत गुरु गरीब निवाज कल जो के जहाज शाहे शहन शाह चौजी प्रीतम बाला प्रीतम मीरान मीर पीरान पीर उच दे पीर गुरु गरीब निवाज दशमेश पिता खड़गेश पिता जगतेश पिता कलगीधर स्वामी अंतरजामी धन धन जगत गुरु प्यारे गुरु साहिब गुरु 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 श्री सतगुरु गुरु गोबिंद सिंह साहिब जी महाराज सतगुरां दे पवित्र लंगर स्थान विखे महापुरखां दे प्यारे और सत्कारे गुरमुख गुरसिख प्रेमी सतसंगी जनों कुछ कहण दी इजाजत देवो ਗੁਰੂ ਬਾਣੀ ਵਿੱਚ ਲਿਖੀ ਹੋਈ ਔਰ ਭਾਈ ਗੁਰਦਾਸ ਸਾਹਿਬ ਜੀ ਦੀ ਤਸਲੀਮ ਕੀਤੀ ਹੋਈ ਇਹ ਘਟਨਾ ਇਤਿਹਾਸਿਕ ਹੈ ਉਹ ਸਾਂਝੀ ਕਰਕੇ ਆਪ ਜੀ ਦੇ ਨਾਲ ਫਤਿਹ ਬੁਲਾ ਦਿੱਤੀ ਮੈਂ ਕੁਝ ਕਹਿਣ ਦੀ ਇਜਾਜ਼ਤ ਦੇਵੋ ਆਸ਼ੀਸ਼ ਦੇਵੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਅੱਜ ਕੱਲ੍ਹ ਦਾ ਮੌਸਮ ਹੈ ਸਾਉਣ ਭਾਦਰੋਂ ਦੇ ਦਿਨ ਨੇ ਬਰਸਾਤ ਦਾ ਮੌਸਮ ਹੈ ਸ਼ਾਮ ਦੇ ਕੋਈ 8-9 ਵਜੇ ਨੇ ਮੀਂਹ ਚੱਲਦਾ ਅਤੇ ਹਨੇਰੀ ਆਉਂਦੀ ਹੈ ਥੋੜ੍ਹਾ ਥੋੜ੍ਹਾ ਝੱਖੜ ਵੀ ਹੈ ਔਰ ਪੈਂਦੀਆਂ ਹੋਈਆਂ ਕਣੀਆਂ ਨੇਤਰਾਂ ਨੂੰ ਬੰਦ ਕਰਦੀਆਂ ਨੇ ਆਦਮੀ ਨੂੰ ਅੱਗੇ ਨਹੀਂ ਜਾਣ ਦਿੰਦੀਆਂ ਸ਼ਹਿਰ ਦੇ ਬਾਹਰ ਬਾਹਰ ਜੰਗਲ ਦੇ ਵਿੱਚੋਂ ਕੋਈ ਫਕੀਰ ਕੋਈ ਮਹਾਤਮਾ ਸ਼ਹਿਰ ਦੇ ਵਿੱਚ ਭੀਖ ਮੰਗਣ ਆਇਆ ਆਪਣਾ ਪੇਟ ਭਰਨ ਵਾਸਤੇ ਹਨੇਰੀ ਨੇ ਔਰ ਹਨੇਰੇ ਨੇ ਉਹਨੂੰ ਅੱਗੇ ਨਾ ਜਾਣ ਦਿੱਤਾ ਮੀਂਹ ਉਹਨੂੰ ਰੋਕਦਾ ਸੀ ਮਹਾਤਮਾ ਨੇ ਸੋਚਿਆ ਮੇਰੇ ਕੋਲ ਇੱਕੋ ਕੰਬਲੀ ਹੈ ਇੱਕੋ ਬਸਤਰ ਹੈ ਜੇ ਮੈਂ ਭਿੱਜ ਗਿਆ ਤਾਂ ਤੰਗ ਹੋ ਜਾਵਾਂਗਾ ਸ਼ਹਿਰ ਦੇ ਬਾਹਰ ਬਾਹਰ ਉਹਨੂੰ ਕੋਈ ਇਮਾਰਤ ਦਿਖਾਈ ਦਿੱਤੀ ਕੋਈ ਚੁਬਾਰਾ ਸੀ ਕੋਈ ਘਰ ਸੀ ਦਰਵਾਜ਼ਾ ਖੜਕਾਇਆ ਕਿ ਅੱਜ ਦੀ ਰਾਤ ਇੱਥੇ ਬਤੀਤ ਕਰਾਂਗਾ ਪਰ ਉਸ ਭੋਲੇ ਸਾਧ ਨੂੰ ਇਹ ਨਹੀਂ ਸੀ ਪਤਾ ਕਿ ਇਹ ਇੱਕ ਵੇਸ਼ਵਾ ਦਾ ਚੁਬਾਰਾ ਹੈ ਕੰਜਰੀ ਦਾ ਕੋਠਾ ਹੈ ਅੰਦਰ ਚੁਬਾਰੇ ਵਿੱਚ ਬੈਠੀ ਹੋਈ ਵੇਸ਼ਵਾ ਜੋ ਆਪਣਾ ਚੰਮ ਵੇਚਦੀ ਸੀ ਚਮੜਾ ਵੇਚਦੀ ਸੀ ਦੰਬੜੇ ਵਾਸਤੇ ਜਿਸਮ ਵੇਚਦੀ ਸੀ ਦਰਵਾਜ਼ੇ ਖੜਕਣ ਦੀ ਆਵਾਜ਼ ਸੁਣੀ ਮਨ ਵਿੱਚ ਵਲਵਲ ਆਇਆ ਹੋਵੇਗਾ ਮੇਰੇ ਕੋਈ ਚੰਮ ਦਾ ਵਪਾਰੀ ਮੇਰੇ ਜਿਸਮ ਦਾ ਵਪਾਰੀ ਚੁਬਾਰੇ ਤੋਂ ਥੱਲੇ ਉਤਰੀ ਜਦੋਂ ਦਰਵਾਜ਼ਾ ਖੋਲ੍ਹਿਆ ਸਾਹਮਣੇ ਕੀ ਦੇਖਿਆ ਬੜੀ ਹੀ ਸ਼ਾਂਤ ਜੀ ਮੂਰਤ ਚਿੱਟੇ ਕੱਪੜੇ ਪਾਏ ਚਿੱਟਾ ਹੀ ਸਿਰ 'ਤੇ ਪਰਨਾ ਬੱਧਾ ਉਹ ਚਿੱਟਾ ਹੀ ਗਲ ਵਿੱਚ ਉਹਨੇ ਸਾਫਾ ਪਾਇਆ ਹੋਇਆ ਅਤੇ ਚਿੱਟਾ ਹੀ ਦਾੜਾ ਸਾਦੀ ਜੀ ਮੂਰਤ ਨੇਤਰਾਂ ਦੇ ਸਾਹਮਣੇ ਦੇਖੀ ਅਜੇ ਉਹ ਬੀਬੀ ਉਹ ਵੇਸ਼ਵਾ ਜੋ ਕਿ ਆਪਣੇ ਆਚਰਣ ਤੋਂ ਗਿਰ ਚੁੱਕੀ ਸੀ ਕਾਰਨ ਵੱਸ ਕੁਝ ਕਹਿਣ ਲੱਗੀ ਸੀ ਉਹਦੇ ਕਹਿਣ ਤੋਂ ਪਹਿਲਾਂ ਉਹ ਸਾਧੂ ਉਹ ਮਹਾਤਮਾ ਉਹ ਤੱਤ ਬੇਤਾ ਉਹ ਆਤਮਦਰਸੀ ਬ੍ਰਹਮ ਗਿਆਨੀ ਮਹਾਂਪੁਰਖ ਬੋਲਿਆ ਬੇਟਾ ਧੀਏ ਕਾਕੀ ਕਿ ਅੱਜ ਦੀ ਰਾਤ ਮੈਂ ਤੇਰੇ ਕੋਲੋਂ ਬਤੀਤ ਕਰ ਸਕਦਾ ਸਾਧ ਸੰਗਤ ਉਸ ਦੇਵੀ ਨੇ ਉਸ ਬੀਬੀ ਨੇ ਉਸ ਬੱਚੀ ਨੇ ਜ਼ਿੰਦਗੀ ਵਿੱਚ ਆਪਣੀ ਹੋਸ਼ੋ ਹਵਾਸ਼ ਵਿੱਚ ਪਹਿਲੀ ਵਾਰੀ ਬੇਟੀ ਸ਼ਬਦ ਧੀ ਸ਼ਬਦ ਸੁਣਿਆ ਸੀ ਉਹਦੀ ਚੀਖ ਨਿਕਲੀ ਉਹਦੇ ਨੇਤਰਾਂ 'ਚੋਂ ਹੰਝੂ ਵਗੇ ਉਹਨੇ ਤੱਤੇ ਤੱਤੇ ਹੰਝੂਆਂ ਦੇ ਨਾਲ ਸਾਧ ਦੇ ਮਲ ਮਲ ਕੇ ਚਰਨ ਧੋਤੇ ਔਰ ਕਿਹਾ ਬਾਬਾ ਜੀ ਮਹਾਤਮਾ ਜੀ ਕਿਉਂ ਨਹੀਂ ਕਿਉਂ ਨਹੀਂ ਮੇਰੇ ਕੋਲ ਆਪ ਜੀ ਰਹਿ ਸਕਦੇ ਹੋ ਮਹਾਤਮਾ ਉੱਪਰ ਚੁਬਾਰੇ 'ਚ ਗਏ ਉਹਨੇ ਮੰਜਾ ਝਾੜਿਆ ਚਾਦਰ ਵਿਛਾਈ ਔਰ ਸਰਾਣੇ ਵਾਲੇ ਪਾਸੇ ਸੱਜੇ ਪਾਸੇ ਮਹਾਤਮਾ ਨੂੰ ਸੁਸ਼ੋਭਿਤ ਕੀਤਾ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਾਰੀ ਰਾਤ ਪਰਮੇਸ਼ੁਰ ਦੀ ਬੰਦਗੀ ਕਰਦੇ ਰਹੇ ਉਹ ਬਜ਼ੁਰਗ ਮਹਾਤਮਾ ਔਰ ਉਹ ਬੀਬੀ ਉਹ ਇਸਤਰੀ ਜੋ ਇਸਤਰੀ ਨਾ ਹੋ ਕੇ ਇੱਕ ਹੋਰ ਹੀ ਰੂਪ ਧਾਰਨ ਕਰ ਚੁੱਕੀ ਸੀ ਸਾਰੀ ਰਾਤ ਪਰਮੇਸ਼ੁਰ ਦੀ ਜਾਤ ਵਿੱਚ ਬਤੀਤ ਹੋਈ ਦਿਨ ਚੜਿਆ ਸੂਰਜ ਦੀਆਂ ਕਿਰਨਾਂ ਧਰਤੀ ਮਾਂ ਦੀ ਗੋਦ 'ਤੇ ਪਈਆਂ ਚਾਨਣ ਹੋਇਆ ਉਸ ਵੇਲੇ ਫਿਰ ਮਹਾਤਮਾ ਨੇ ਕਿਹਾ ਬੇਟਾ
ਮੈਂ ਇੱਥੋਂ ਚਲਾ ਜਾਣਾ ਹੁਣ, ਮੈਂ ਰਹਿਣਾ ਕੋਈ ਨਹੀਂ ਇੱਥੇ। ਉਸ ਬੀਬੀ ਨੇ, ਉਸ ਦੇਵੀ ਨੇ ਕਿਹਾ, ਨਹੀਂ ਬਾਬਾ, ਮੈਂ ਜੀਵਨ ਦੇ ਵਿੱਚ ਬੜਾ ਕਾਮ ਰਸ ਮਾਣਿਆ, ਪਰ ਇਹ ਰਾਮ ਰਸ ਐਸਾ ਕਿ ਜਿਹ ਰਸ ਵਿਸਰ ਗਏ ਰਸ ਔਰ, ਰਾਮ ਰਸ ਪੀਆ ਰੇ ਜਿਹ ਰਸ ਵਿਸ, ਜਿਨ ਪੀਆ ਸਾਰ ਰਸ ਤਦੇ ਆਨ ਰਸ, ਹੋਏ ਰਸ ਮਗਨ ਡਾਰੇ ਵਿਖ ਖੋਏ, ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ। ਐਸਾ ਰਸ ਮੈਨੂੰ ਕਦੇ ਨਹੀਂ ਆਇਆ, ਇਹ ਚੰਦ ਪਲਾਂ ਵਿੱਚ ਉਹ ਮੈਂ ਰੂਹਾਨਤ ਦੀਆਂ ਮੰਜ਼ਿਲਾਂ ਨੂੰ ਛੋਇਆ, ਕਿਉਂ ਨਾ ਹੋਵੇ ਤੁਸੀਂ ਮੇਰੇ ਕੋਲ ਹੀ ਰਹੋ। ਮੈਂ ਵੀ ਇਸ ਆਨੰਦ ਨੂੰ ਮਾਣ ਕੇ ਜੀਵਨਾ ਸਫਲ ਜੀਵਨ ਸੁਣ ਹਰ ਜਪ ਜਪ ਸਦ ਜੀਵਨਾ, ਆਪਣੇ ਜੀਵਨ ਨੂੰ ਸਫਲ ਜੀਵਨ ਬਣਾਉਣਾ ਚਾਹੁੰਦੀ ਹਾਂ। ਮਹਾਤਮਾ ਨੇ ਕਿਹਾ, ਨਹੀਂ ਬੇਟਾ, ਮੈਂ ਤੇਰੇ ਕੋਲ ਸਦਾ ਨਹੀਂ ਰਹਿ ਸਕਦਾ, ਹਮੇਸ਼ਾ ਨਹੀਂ ਰਹਿ ਸਕਦਾ। ਕਿਹਾ, ਕੋਈ ਨਿਸ਼ਾਨੀ ਦੇ ਜਿਓ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਦੁਰਮਤ ਦੇਖ ਦਿਆਲ ਹੋਏ, ਦੁਰਮਤ ਦੇਖ। ਕਈ ਵਾਰੀ ਸਾਧੂ ਗੁਰਮਤ ਵੇਖ ਕੇ ਦਿਆਲੂ ਹੁੰਦੇ, ਕਿਸੇ ਦੀ ਉੱਚੀ ਮਤ ਵੇਖ ਕੇ ਦਿਆਲੂ ਹੁੰਦੇ, ਪਰ ਕਦੀ ਕਦੀ ਸਾਧੂ ਕਿਸੇ ਦਾ ਬਚਕਾਨਾ ਵੇਖ ਕੇ ਦਿਆਲੂ ਹੁੰਦੇ। ਸਾਧ ਸੰਗਤ, ਇਹ ਸਾਧੂ ਦੀ ਫਿਤਰਤ ਹੁੰਦੀ। ਬੜਾ ਪਿਆਰਾ ਸ਼ਬਦ, ਦੁਰਮਤ ਦੇਖ ਦਿਆਲ ਹੋਏ, ਗੁਰਮਤ ਵੇਖ ਕੇ ਦਿਆਲੂ ਨਹੀਂ ਹੋਏ, ਉੱਚੀ ਮਤ ਵੇਖ ਕੇ ਦਿਆਲੂ ਨਹੀਂ ਹੋਏ, ਖੋਟੀ ਮਤ ਵੇਖ ਕੇ ਦਿਆਲੂ ਹੋਏ ਨੇ। ਇਹ ਵੀ ਸਾਧੂ ਦੀ ਫਿਤਰਤ ਆ, ਫਿਤਰਤ ਹੀ ਆ, ਉਹਦਾ ਸੁਭਾਅ ਹੀ ਆ। ਉਹਦੀ ਖੋਟੀ ਮਤ ਵੇਖੀ ਔਰ ਦਿਆਲੂ ਹੋਏ। ਔਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਹੱਥੋਂ ਦਿੱਤੋ ਸੋ ਉਸਨੂੰ ਤੋਤਾ, ਤੋਤਾ ਦਿੱਤਾ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਮਰ ਵਾਕ ਨੇ, ਸੂਆ ਪੜਾਵਤ ਗਨਕਾ ਤਰੀ, ਤੋਤੇ ਨੂੰ ਪੜਾਉਂਦਿਆਂ ਪੜਾਉਂਦਿਆਂ ਗਨਕਾ ਵੀ ਤਰ ਗਈ। ਸਾਧ ਸੰਗਤ, ਜਿਹਨੂੰ ਲੋਕ ਵੇਸ਼ਵਾ ਕਹਿੰਦੇ ਸਨ, ਨੀਚ ਕਹਿੰਦੇ ਸਨ, ਚੰਦ ਪਾਲ ਇੱਕ ਸਾਧ ਦੀ ਸੰਗਤ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਜਿੱਥੇ ਬ੍ਰਹਮ ਗਿਆਨੀਆਂ ਦਾ ਨਾਮ ਆਇਆ ਨਾ, ਮਾਰੂ ਮਹੱਲਾ ਨਾਵਾਂ ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਧਰਿਓ ਗਨਕਾ ਹੂ ਗਤ ਪਾਈ, ਬ੍ਰਹਮ ਗਿਆਨੀਆਂ ਵਿੱਚ ਉਹਦਾ ਨਾਮ ਆਇਆ। ਕੌਣ ਕਹਿੰਦਾ ਕਿ ਸਾਧੂ ਦੀ ਸੰਗਤ ਜੀਵਨ ਨਹੀਂ ਬਦਲਦੀ, ਜ਼ਿੰਦਗੀ ਬਦਲਦੀ। ਸਾਧ ਸੰਗਤ, ਜੀਵਨ ਵਿੱਚ ਕਰਵਟਾਂ ਆਉਂਦੀਆਂ ਸਾਧੂ ਦੀ ਸੰਗਤ ਕਰਨ ਦੇ ਨਾਲ। ਸਾਧੂ ਦੀ ਸੰਗਤ ਪ੍ਰਬਲ ਹੈ। ਸਾਧੂ ਨੂੰ ਲੋਕ ਚੌਥਾ ਵੇਦ ਕਹਿੰਦੇ ਹਨ, ਚੌਥਾ ਵੇਦ, ਪੰਜਵਾਂ ਵੇਦ ਕਹਿੰਦੇ ਹਨ। ਤੁਰਦਾ ਫਿਰਦਾ ਵੇਦ ਹੁੰਦਾ ਸਾਧੂ, ਤੁਰਦਾ ਫਿਰਦਾ ਵੇਦ, ਤੁਰਦਾ ਫਿਰਦਾ ਵੇਦ। ਕੋਈ ਮੰਨੇ ਜਾਂ ਨਾ ਮੰਨੇ, ਲੇਕਿਨ ਮੈਂ ਤਾਂ ਨਿੱਜੀ ਤੌਰ 'ਤੇ ਮੰਨਦਾ ਹਾਂ, ਔਰ ਤੁਸੀਂ ਵੀ ਥੋੜ੍ਹਾ ਜਿਹਾ ਵਿਸ਼ਵਾਸ ਰੱਖ ਕੇ ਇਸ ਰਸਤੇ 'ਤੇ ਚੱਲ ਕੇ ਦੇਖਣਾ। ਸਾਧੂ ਦਾ ਇੱਕ ਬਚਨ ਸਾਧ ਸੰਗਤ ਬੰਦੇ ਨੂੰ ਉੱਥੇ ਪਹੁੰਚਾਉਂਦਾ, ਜਿਵੇਂ ਕਿਸੇ ਨੇ ਸਮੁੰਦਰ ਨੂੰ ਤੈਅ ਕਰਨਾ ਹੋਵੇ, ਮਹੀਨਿਆਂ ਵਿੱਚ ਵੀ ਤੈਅ ਨਹੀਂ ਕਰ ਸਕਦਾ। ਇੱਕ ਤਾਂ ਸਮੁੰਦਰ ਬੜਾ ਵਿਸ਼ਾਲ, ਸੁਨਾਮੀ ਲਹਿਰਾਂ, ਜੀਵ ਜੰਤੂ ਉਹਦੇ ਵਿੱਚ 87 ਲੱਖ ਸਾਇੰਸ ਮੁਤਾਬਕ ਔਰ 42 ਲੱਖ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਪਾਰ ਨਹੀਂ ਕਰ ਸਕਦਾ, ਪਰ ਜਹਾਜ਼ ਮਿਲ ਜਾਵੇ ਤਾਂ ਸਮੁੰਦਰ ਪਾਰ ਹੋ ਜਾਂਦਾ। ਅੰਚਲ ਗਹਿ ਕੈ ਸਾਧਕਾ ਤਰਨਾ ਇਹੋ ਸੰਸਾਰ। ਸਾਧੂ ਇੰਨੀ ਵੱਡੀ ਸਮਰੱਥਾ ਦੇ ਮਾਲਕ ਹਨ, ਬੜੀ ਵੱਡੀ ਸਮਰੱਥਾ ਦੇ ਮਾਲਕ ਨੇ। ਤਵੱਕਾ ਰੱਖੋ, ਸਿੱਧਕ ਰੱਖੋ, ਭਰੋਸਾ ਰੱਖੋ, ਔਰ ਗੁਰੂ ਅੱਗੇ ਅਰਦਾਸ ਕਰੋ, ਮਾਧੋ ਸਾਧੂ ਜਾਂਦੇ ਹੋ ਮਿਲਾਏ, ਕਿਸੇ ਗੁਰਮੁਖ ਦੇ ਨਾਲ ਮੇਲ, ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਆਪ ਜੀ ਹਜ਼ੂਰ ਸਾਹਿਬ ਜੀ ਦੀ ਧਰਤੀ 'ਤੇ ਆਏ ਹੋ। ਸਾਧ ਸੰਗਤ, ਇੱਕੋ ਬਚਨ ਇਸ ਪਾਵਨ ਧਰਤੀ ਦੀ ਬਾਬਤ ਕਹਿ ਕੇ ਮੈਂ ਸਮਾਪਤੀ ਕਰ ਦਿੱਤੀ। ਮਿੰਟ ਭਾਵੇਂ ਮੇਰੇ ਕੋਲ 2 ਬਚੇ ਨੇ। ਕੱਲ੍ਹ ਦੀ ਗੱਲ ਹੈ, ਸ਼੍ਰੀ ਮਾਨ ਸੰਤ ਬਾਬਾ ਨਰਿੰਦਰ ਸਿੰਘ ਸਾਹਿਬ ਸੱਜੇ ਸਨ ਅਤੇ ਬਚਨ ਚੱਲ ਰਿਹਾ ਸੀ, ਬੜਾ ਹੀ ਪਿਆਰਾ, ਮਨ 'ਚ ਬਲਬਲਾ। ਮੈਂ ਤੁਹਾਡੇ ਨਾਲ ਵੀ ਸਾਂਝਾ ਕਰਦੇ ਹਾਂ, ਹੋ ਸਕਦਾ ਕਿਸੇ ਨੂੰ ਕੁਛ ਮਿਲ ਜਾਵੇ, ਜੇ ਮੈਨੂੰ ਨਾ ਮਿਲਿਆ ਤਾਂ। ਬਚਨ ਚੱਲ ਰਿਹਾ ਸੀਗਾ ਕਿ ਮਨੁੱਖੀ ਸਰੀਰ ਦੀ ਇੱਕ ਫਿਤਰਤ ਆ, ਇੱਕ ਸੁਭਾਵ ਆ, ਕਿ ਜਦੋਂ ਮਨੁੱਖੀ ਸਰੀਰ ਕਿਸੇ ਜਗ੍ਹਾ ਨੂੰ ਛੱਡ ਕੇ ਜਾਂਦਾ ਨਾ, ਬਹੁਤਾ ਕੁਝ ਉਹ ਵੰਡ ਹੀ ਜਾਂਦਾ। ਸੁਭਾਅ ਹੈਗਾ ਬੰਦੇ ਦਾ, ਜਦੋਂ ਕਿਸੇ ਜਗ੍ਹਾ ਨੂੰ ਛੱਡਦਾ, ਤਿਆਗਦਾ, ਸਦਾ ਲਈ ਜਾਂ ਜ਼ਿਆਦਾ ਸਮੇਂ ਲਈ ਕਹਿ ਲਵੋ, ਤਾਂ ਜੋ ਕੁਛ ਹੁੰਦਾ ਉਹ ਵੰਡ ਹੀ ਜਾਂਦਾ, ਬਹੁਤਾ ਕੁਝ ਵੰਡ ਹੀ ਜਾਂਦਾ, ਕੋਈ ਕੋਈ ਚੀਜ਼ ਲੈ ਕੇ ਜਾਂਦਾ, ਨਹੀਂ ਤਾਂ ਬਹੁਤੀਆਂ ਚੀਜ਼ਾਂ ਆਸ ਪਾਸ ਹੀ ਦੇ ਜਾਂਦਾ। ਇਹ ਪਾਵਨ ਅਸਥਾਨ ਦਸ਼ਮੇਸ਼ ਪਿਤਾ ਜੀ ਮਹਾਰਾਜ ਜੀ ਨੇ ਸਾਧ ਸੰਗਤ, ਜੋ ਕੁਝ ਵੀ ਉਹਨਾਂ ਦੇ ਕੋਲ ਸੀ, ਜੋ ਕੁਛ ਵੀ ਸੀ, ਜਾਂਦੇ ਹੋਏ ਸਾਰਾ ਕੁਛ ਹੀ ਇੱਥੇ ਦੇ ਗਏ। ਸਭ ਅਸਥਾਨ, ਜਨਮ ਮੇਰਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ, ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਮੇਰਾ ਬੜਾ ਤਵੱਕਾ ਹੈ, ਸਿੱਧਕ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦਾ ਮੈਂ ਕੂਕਰ ਹਾਂ, ਕੁੱਤਾ ਹਾਂ, ਉਹ ਅਸਥਾਨ ਮੇਰੇ ਲਈ ਮੱਕਾ ਕਾਬਾ ਹੈ, ਉਸ ਤੋਂ ਉੱਤੇ ਕੁਛ ਵੀ ਨਹੀਂ। ਪਰ ਸਾਧ ਸੰਗਤ, ਇਹ ਸੱਚ ਹੈ ਕਿ ਹਜ਼ੂਰ ਸਾਹਿਬ ਜੀ ਦੀ ਆਬੋ ਹਵਾ ਬੇਨਜ਼ੀਰ ਹੈ, ਬੇਮਿਸਾਲ ਹੈ, ਲਾਸਾਨੀ ਹੈ, ਲਾਸਾਨੀ ਹੈ। ਇੱਥੇ
ਬੰਦਾ ਪ੍ਰਵੇਸ਼ ਕਰਕੇ ਹੀ, ਜਿਵੇਂ ਗਿਆਨੀ ਪਿੰਦਰਪਾਲ ਸਿੰਘ ਸਾਹਿਬ ਜੀ ਨੇ ਵੀ ਪਿਛਲੇ ਸਾਲ ਦੱਸਿਆ ਸੀ, ਬੰਦਾ ਪ੍ਰਵੇਸ਼ ਕਰਕੇ ਕੁਝ ਅਜੀਬ ਹੀ ਫੀਲਿੰਗ ਲੈਂਦਾ। ਇੱਥੇ ਇਹ ਸਥਾਨ ਗੁਰੂ ਦਾ ਵਰਸਾਇਆ ਹੋਇਆ, ਤੁਸੀਂ ਗੁਰੂ ਦੀ ਗੋਦ ਵਿੱਚ ਬੈਠੇ ਹੋ, ਔਰ ਸਾਧ ਸੰਗਤ ਮਹਿਸੂਸ ਕਰੋ ਕਿ ਬਾਜਾਂ ਵਾਲੇ ਦੀ ਤੁਸੀਂ ਗੋਦ ਵਿੱਚ ਬੈਠੇ ਹਾਂ ਔਰ ਤੁਹਾਡੇ ਸੀਸ 'ਤੇ ਬਾਜਾਂ ਵਾਲੇ ਦਾ ਹੱਥ ਆ। ਅਤੇ ਆਓ ਬਾਜਾਂ ਵਾਲੇ ਨੂੰ ਮੂਲ ਮੰਤਰ ਸੁਣਾਈਏ ਬਾਜਾਂ ਵਾਲੇ ਦੀ ਖੁਸ਼ੀ ਦੇ ਵਾਸਤੇ ਔਰ ਮਹਾਂਪੁਰਖਾਂ ਦੀ ਯਾਦ ਵਿੱਚ ਇਸ ਜਥੇਬੰਦੀ ਦੀ ਚੜ੍ਹਦੀ ਕਲਾ ਵਾਸਤੇ। ਸਾਰੇ ਇੱਕ ਮਿੰਟ ਮੂਲ ਮੰਤਰ ਦਾ ਜਾਪ ਕਰੀਏ ਜੀ। ਇੱਕ ਓਅੰਕਾਰ ਸਤਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਅਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਹੈ ਭੀ ਸੱਚ ਨਾ। ਇੱਕ ਵਾਰੀ ਫਿਰ ਜਪੋ ਜੀ। ਇੱਕ ਓਅੰਕਾਰ ਸਤਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਅਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਹੈ ਭੀ ਸੱਚ ਨਾਨ। ਇੱਕ ਓਅੰਕਾਰ ਸਤਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਅਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਹੈ ਭੀ ਸੱਚ ਨਾ। ਮੇਰੀਆਂ ਬੋਲਾਂ ਮੇਰੀਆਂ ਜਾਣ ਕੇ ਮੁਆਫ਼ ਕਰ ਦੇਣੀਆਂ, ਬਚਨ ਗੁਰੂ ਕਾ ਬਚਨ ਜਾਣ ਕੇ ਹਿਰਦੇ ਵਿੱਚ ਵਸਾਉਣਾ, ਜਿਸ ਕਰਕੇ ਮੇਰਾ ਇਹ ਤੁਹਾਡਾ ਸਮਾਂ ਸਫਲ ਹੋਵੇ। ਅਖੀਰੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।